ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ। ਲੈ ਕੇ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਇੱਕ ਨਵਾਂ ਟੌਪਿਕ ਨਵੇਂ ਗੈਸਟ ਦੇ ਨਾਲ ਲੈ ਕੇ ਹਾਜ਼ਰ। ਅੱਜ ਦਾ ਜਿਹੜਾ ਸਾਡਾ ਟੌਪਿਕ ਰਹੇਗਾ ਉਹਦੇ ਵਿੱਚ ਅਸੀਂ ਕੈਨੇਡਾ ਨੂੰ ਡਿਸਕਸ ਕਰਾਂਗੇ। ਕੈਨੇਡਾ ਜਿਹੜਾ ਹੈ ਡ੍ਰੀਮ ਡੈਸਟੀਨੇਸ਼ਨ ਹੈ ਸਾਡੇ ਪੰਜਾਬੀਆਂ ਦਾ, ਅਸੀਂ ਹਰ ਵਾਰੀ ਗੱਲ ਕਰਦੇ ਹਾਂ। ਅੱਜ ਕੈਨੇਡਾ ਦੇ ਵਿੱਚ ਜਿਨ੍ਹਾਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਕੰਪਨੀ ਖੁਦ ICCRC ਮੈਂਬਰ ਦੀ ਹੈ, ਬਹੁਤ ਹੀ ਐਕਸਪੀਰੀਅੰਸ ਨੇ ਜਿਨ੍ਹਾਂ ਦੇ ਕੈਨੇਡਾ ਦੇ ਵਿੱਚ ਵੀ ਆਫਿਸਿਸ ਨੇ। ਅੱਜ ਉਹਨਾਂ ਨਾਲ ਗੱਲਬਾਤ ਅਸੀਂ ਸਿਰਫ ਸਟੂਡੈਂਟ ਬਾਰੇ ਨਹੀਂ ਕਰਾਂਗੇ, ਉਹਨਾਂ ਨਾਲ PR ਬਾਰੇ ਵੀ ਗੱਲ ਹੋਏਗੀ, ਓਪਰਚੁਨਿਟੀਜ਼ ਬਾਰੇ, ਹਰ ਇੱਕ ਲਾਅ, ਹਰ ਰੂਲ ਐਂਡ ਰੈਗੂਲੇਸ਼ਨਸ ਬਾਰੇ ਗੱਲ ਹੋਏਗੀ। ਕਿਉਂਕਿ ਸਾਨੂੰ ਵੀ ਹੁੰਦਾ ਵੀ ਜਿੰਨੇ ਸਾਡੇ ਕੋਲ ਐਕਸਪਰਟ ਆਉਂਦੇ ਨੇ ਉਹਨਾਂ ਦੇ ਐਕਸਪੀਰੀਅੰਸ ਦਾ ਵੱਧ ਤੋਂ ਵੱਧ ਫਾਇਦਾ ਆਪਣੇ ਵਿਊਅਰਸ ਨੂੰ ਪਹੁੰਚਾਇਆ ਜਾਵੇ। ਔਰ ਤੁਹਾਡੇ ਲਈ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਇੱਕ TV 'ਤੇ ਨੰਬਰ ਚੱਲ ਰਿਹਾ, ਉਹ ਸਾਡੇ ਐਕਸਪਰਟ ਦੀ ਟੀਮ ਦਾ। ਤੁਸੀਂ ਡਾਇਰੈਕਟਲੀ ਕੋਈ ਸਵਾਲ ਉਹਨਾਂ ਨੂੰ ਪੁੱਛਣਾ ਚਾਹੁੰਦੇ ਹੋ, ਕੋਈ ਐਸਾ ਸਵਾਲ ਜਿਹੜਾ ਮੈਂ ਨਹੀਂ ਸਾਂਝਾ ਕਰ ਪਾ ਰਿਹਾ, ਡਾਇਰੈਕਟਲੀ ਵੀ ਇਹਨਾਂ ਤੱਕ ਆਪਣਾ ਪੁੱਛਿਆ ਜਾ ਸਕਦਾ। ਮੇਰੇ ਨਾਲ ਮੌਜੂਦ ਨੇ ਮਾਈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਸ਼ਿਵਾਨੀ ਜੀ। ਸ਼ਿਵਾਨੀ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ। ਸੋ ਕੋਸ਼ਿਸ਼ ਕਰਾਂਗੇ ਜੀ ਹਰ ਤਰ੍ਹਾਂ ਦਾ ਸਵਾਲ ਜਿਹੜਾ ਉਹ ਸਾਂਝਾ ਕਰੀਏ। ਮੈਂ ਪੁੱਛਣਾ ਚਾਹੁੰਦਾ ਜਿਵੇਂ ਮੈਕਰੋ ਗਲੋਬਲ ਤੁਹਾਡੀ ਕੰਪਨੀ ਹੈ, ਇੱਕ ਤਾਂ ਗਲੋਬਲ ਬੜਾ ਕਾਮਨ ਜਿਹਾ ਨੇਮ ਹੈ, ਹਰ ਇੱਕ ਇਮੀਗ੍ਰੇਸ਼ਨ ਵਾਲਾ ਗਲੋਬਲ ਯੂਜ਼ ਕਰਦਾ। ਇੱਕ ਮੈਕਰੋ ਗਲੋਬਲ ਨਾਲ ਰਿਲੇਟਿਡ ਵੀ ਕਾਫੀ ਕੰਪਨੀਜ਼ ਨੇ ਪੰਜਾਬ ਦੇ ਵਿੱਚ ਜਿਹੜੀ ਐਡ ਕਰਦੀਆਂ। ਹੁਣ ਤੁਹਾਡੀ ਕੰਪਨੀ ਇੱਕ ICCRC ਮੈਂਬਰ ਦੀ ਕੰਪਨੀ ਹੈ, ਕਾਫੀ ਐਕਸਪੀਰੀਅੰਸਡ ਹੈ, ਅਤੇ ਉਹ ਕਾਫੀ ਕਨਫਿਊਜ਼ਨ ਹੋ ਜਾਂਦੀ ਕਈ ਵਾਰੀ ਨਵੇਂ ਜਿਹੜਾ ਕਲਾਇੰਟ ਹੈ ਜਾਂ ਵਿਊਅਰ ਹੈ ਵੀ ਕਿਹੜੀ ਐਕਚੁਅਲ ਮੈਕਰੋ ਗਲੋਬਲ ਹੈ ਜਿਹਦੇ ਕੋਲ ਜਾਣਾ ਚਾਹੀਦਾ। ਅਮਨ ਜੀ, ਇਹ ਚੀਜ਼ ਹਮ ਲੋਕ ਕਾਫੀ ਦੇਰ ਸੇ ਰਿਅਲਾਈਜ਼ ਕਰ ਰਹੇ ਹੈ ਕਿ ਮਾਰਕੀਟ ਮੇਂ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਸੇ ਰਿਜ਼ੈਂਬਲ ਕਰਤੇ ਹੋਏ ਕਾਫੀ ਨਾਮ ਜੋ ਹੈ ਵੋ ਐਗਜ਼ਿਸਟ ਕਰਤੇ ਹੈ। ਔਰ ਕਾਫੀ ਬਾਰ ਹਮ ਸ਼ੋ ਮੇਂ ਪਹਿਲੇ ਵੀ ਆ ਕੇ ਆਪਣੇ ਕਸਟਮਰਸ ਕੋ ਯੇ ਮੈਸੇਜ ਥਰੋ ਕਰ ਚੁੱਕੇ ਹੈ ਕਿ ਜੋ ਵੀ ਹਮ ਲੋਗੋਂ ਕੀ ਸਰਵਿਸਿਜ਼ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਕੀ ਸਰਵਿਸਿਜ਼ ਲੈਣਾ ਚਾਹਤੇ ਹੈ ਵੋ ਕਾਇੰਡਲੀ ਮਿਸਿਸ ਸੀਮਾ ਭਿਆਨਾ ਕਾ ਜੋ ਪਿਕਚਰ ਦੇਖ ਕੇ ਹੈ ਵੋ ਰਿਕੋਗਨਾਈਜ਼ ਕਰ ਸਕਤੇ ਹੈ ਕਿ ਵੋ ਸਹੀ ਜਗ੍ਹਾ ਪੇ ਪਹੁੰਚੇ ਹੈ। ਔਰ ਦੂਸਰੀ ਬਾਤ ਯੇ ਹੈ ਕਿ ਕਸਟਮਰਸ ਇਸ ਬਾਤ ਪੇ ਵੀ ਧਿਆਨ ਦੇ ਕਿ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਜੋ ਹੈ ਵੋ ਇੱਕ ICCRC ਸਰਟੀਫਾਈਡ ਜੋ ਹੈ ਵੋ ਲਾਇਸੈਂਸ ਹੋਲਡਰ ਕੰਪਨੀ ਹੈ। ਸੋ ਆਪ ਅਗਰ ਹਮਾਰੇ ਨਾਮ ਸੇ ਰਿਜ਼ੈਂਬਲ ਕਰਤੇ ਹੋਏ ਕੁਛ ਔਰ ਆਫਿਸਿਸ ਕੇ ਪਾਸ ਅਗਰ ਆਪ ਜਾਤੇ ਹੈ ਤੋ ਆਪ ਸਿੰਪਲੀ ਰਿਕੋਗਨਾਈਜ਼ ਕਰ ਸਕਤੇ ਹੈ ਮਿਸਿਸ ਸੀਮਾ ਭਿਆਨਾ ਕੇ ਫੋਟੋ ਕੇ ਸਾਥ ਔਰ ICCRC ਲੋਗੋ ਕੇ ਸਾਥ। ਸੀਮਾ ਭਿਆਨਾ ਮੈਮ ਬਿਲਕੁਲ ਆਪਣੀ ਜਿਹੜੀ ਫੋਟੋ ਬਿਲਕੁਲ ਉੱਥੇ ਤੁਸੀਂ ਦੇਖ ਸਕਦੇ ਹੋ ਵੀ ਲੱਗੀ ਹੈ ਕੰਪਨੀ ਕਹਿੰਦੇ, ਔਰ ਖਾਸ ਕਰ ਸੰਜੇ ਭਿਆਨਾ ਜੋ ਕਿ ਬ੍ਰਦਰ ਨੇ ਉਹ ਤੁਹਾਨੂੰ ਕੰਪਨੀ ਦੇ ਵਿੱਚ ਮਿਲਦੇ ਆ ਕਿ ਨਹੀਂ ਮਿਲਦੇ, ਉਹਨਾਂ ਨਾਲ ਅਪੁਆਇੰਟਮੈਂਟ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈ ਵੀ ਸਵਾਲ ਹੋ ਸਕਦਾ ਵੀ ਸੰਜੇ ਸਰ ਨਾਲ ਅਪੁਆਇੰਟਮੈਂਟ ਕਰਵਾ ਸਕਦੇ ਹੋ, ਬੜੀ ਸਪਸ਼ਟ ਸਾਹਮਣੇ ਆ ਜਾਣੀਆਂ ਵੀ ਚੀਜ਼ਾਂ ਤੁਸੀਂ ਸਹੀ ਕੰਪਨੀ ਦੇ ਵਿੱਚ ਹੈ ਉਹ ਜਾਂ ਨਹੀਂ। ਕਿਉਂਕਿ ਮਿਲਦੀ ਜੁਲਦੀ ਕੰਪਨੀ ਦੇ ਨਾਮ ਜ਼ਰੂਰ ਰੱਖੇ ਜਾ ਸਕਦੇ ਨੇ ਬਟ ਸਰਵਿਸਿਜ਼ ਦੇ ਵਿੱਚ ਫਰਕ ਰਹਿੰਦਾ, ਐਕਸਪੀਰੀਅੰਸ ਦੇ ਵਿੱਚ ਫਰਕ ਰਹਿੰਦਾ। ਸੋ ਜਿਹੜੇ ਵੀ ਵਿਊਅਰ ਇਹ ਸਵਾਲ ਕਰ ਰਹੇ ਸੀ, ਸੰਜੇ ਜੀ ਨਾਲ ਇੰਡੀਆ ਦੇ ਵਿੱਚ ਤੁਸੀਂ ਮਿਲਣਾ ਚਾਹੁੰਦੇ ਹੋ ਸੰਜੇ ਬਿਆਨਾ ਜੀ ਨਾਲ, ਉਹਨਾਂ ਨੂੰ ਜਿਹੜੀ ਵੀ ਕੰਪਨੀ ਜਾਂਦੇ ਹੋ ਕੋ ਜੀ ਸਾਡੀ ਸੰਜੇ ਜੀ ਨਾਲ ਜਾਂ ਸ਼ਿਵਾਨੀ ਜੀ ਨਾਲ ਅਪੁਆਇੰਟਮੈਂਟ ਕਰਵਾਓ, ਅਸੀਂ ਤਾਂ ਜਿਹੜਾ ਅੱਗੇ ਕੁਛ ਤੁਹਾਡੇ ਨਾਲ ਪ੍ਰੋਸੈਸ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਸੀਮਾ ਜੀ ਦੀ ਕੰਪਨੀ ਤੋਂ ਕਰਨਾ ਚਾਹੁੰਦੇ। ਕਿਉਂਕਿ ਇੰਡੀਆ ਦੇ ਵਿੱਚ ਸੰਜੇ ਜੀ ਜਾਂ ਸ਼ਿਵਾਨੀ ਜੀ ਦੋਨੋਂ ਹੀ ਤੁਹਾਨੂੰ ਜਿਹੜਾ ਆਫਿਸਿਸ ਦੇ ਵਿੱਚ ਮਿਲ ਸਕਦੇ ਨੇ। ਹੁਣ ਮੈਂ ਥੋੜ੍ਹਾ ਜਿਹਾ ਗੱਲ ਨੂੰ ਅੱਗੇ ਤੋਰਨਾ ਚਾਹੁੰਦਾ, ICCRC ਮੈਂਬਰ ਦੀ ਕੰਪਨੀ ਸੀਮਾ ਬਿਆਨਾ ਜੀ ਦੀ ਕਿਹੜੇ ਕਿਹੜੀ ਸਰਵਿਸਿਜ਼ ਜਿਹੜੀ ਹੈ ਉਹ ਪ੍ਰੋਵਾਈਡ ਕਰਾਉਂਦੇ ਨੇ? ਅਮਨ, ਸਿੰਸ ਵੀ ਆਰ ਲਾਇਸੈਂਸ ਫਰੋਮ ਇਮੀਗ੍ਰੇਸ਼ਨ ਗਵਰਨਮੈਂਟ ਆਫ ਕੈਨੇਡਾ, ਕਿਉਂਕਿ ਹਮ ਲੋਗੋਂ ਕੇ ਪਾਸ ਇਮੀਗ੍ਰੇਸ਼ਨ ਗਵਰਨਮੈਂਟ ਆਫ ਕੈਨੇਡਾ ਕਾ ਲਾਇਸੈਂਸ ਹੈ, ICCRC ਸਰਟੀਫਾਈਡ ਹੈ, ਇਸ ਲਈ ਹਮ ਲੋਕ ਕੈਨੇਡਾ ਕੋ ਲੈ ਕੇ ਸਾਰੇ ਹੀ ਸਰਵਿਸਿਜ ਕਸਟਮਰਸ ਕੋ ਆਫਰ ਕਰਤੇ ਹੈ, ਚਾਹੇ ਵੋ ਸਟੂਡੈਂਟ ਵੀਜ਼ਾ ਹੋ, ਆਪਕਾ ਪਰਮਾਨੈਂਟ ਰੈਜ਼ੀਡੈਂਸੀ ਹੋ, ਜਾਂ ਵਿਜ਼ਿਟਰ ਸੁਪਰ ਵੀਜ਼ਾ ਹੋ, ਆਪਕੇ ਇਨਵੈਸਟਮੈਂਟ ਕਲਾਸਿਸ ਹੋ, ਜਾਂ ਓਪਨ ਵਰਕ ਪਰਮਿਟ ਚਲਤਾ ਹੈ, ਜਾਂ ਫਿਰ ਜੋ ਸਟੂਡੈਂਟਸ ਕੈਨੇਡਾ ਪਹੁੰਚ ਜਾਤੇ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੇ ਅੰਡਰ ਉਨਕੀ PR ਹੈ। ਸੋ ਕਾਫੀ ਸਾਰੇ ਕੈਟੇਗਰੀਜ਼ ਕੈਨੇਡਾ ਮਾਈਗ੍ਰੈਂਟਸ ਕੇ ਲੀਏ ਹੈ, ਔਰ ਹਮ ਲੋਕ ਲੱਕੀ ਲਈ ਸਾਰੇ ਸਰਵਿਸਿਜ਼ ਜੋ ਹੈ ਵੋ ਆਪਣੇ ਕਸਟਮਰਸ ਕੋ ਆਫਰ ਕਰਤੇ ਹੈ। ਇੱਕ ਕੰਪਨੀ ਸ਼ਿਵਾਨੀ ਜੀ ਜਿਹੜੀ ਇੰਡੀਆ ਦੇ ਵਿੱਚ ਲਾਇਸੈਂਸਡ ਹੈ, ਕੋਈ ਵੀ, ਮੈਂ ABC ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਕੋਈ ਵੀ ਹੈ, ਉਹ ਇੱਥੋਂ ਸਟੂਡੈਂਟ ਵੀਜ਼ਾ ਕਰਦੀ ਹੈ, ਸਟੂਡੈਂਟ ਨੂੰ ਵੀਜ਼ਾ ਲਵਾਉਂਦੇ ਆ, ਭੇਜ ਦਿੰਦੇ ਆ, ਉਹਨਾਂ ਦੇ ਯੂਨੀਵਰਸਿਟੀਜ਼ ਨਾਲ ਕਾਲਜਿਸ ਨਾਲ ਟਾਏ ਆਪਣੇ। ਇੱਕ ICCRC ਮੈਂਬਰ ਦੀ ਕੰਪਨੀ ਸੀਮਾ ਬਿਆਨਾ ਜੀ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ, ਤੁਸੀਂ ਵੀ ਸਪੋਜ਼ ਸਟੂਡੈਂਟ ਦਾ ਵੀਜ਼ਾ ਲਵਾਉਂਦੇ ਹੋ, ਭੇਜ ਦਿੰਦੇ ਹੋ, ਉੱਥੇ ਜਾ ਕੇ ਸਟੂਡੈਂਟ ਨੂੰ ਬੈਨੀਫਿਟਸ ਕੀ ਹੁੰਦੇ ਨੇ? ਕਿਉਂਕਿ ਵੀਜ਼ਾ ਦੋਨੋਂ ਹੀ ਲਵਾ ਦਿੰਦੇ ਆ, ਸਟੂਡੈਂਟ ਹੀ ਬੈਨੀਫਿਸ਼ੀਅਲ, ICCRC ਮੈਂਬਰ ਕਿੱਦਾਂ? ਸਟੂਡੈਂਟ ਕੇ ਲੀਏ ICCRC ਮੈਂਬਰ ਜੋ ਹਰ ਤਰੀਕੇ ਸੇ ਬੈਨੀਫਿਸ਼ੀਅਲ ਹੈ। ਅਮਨ ਜੀ, ਪਹਿਲੇ ਤਾਂ ਮੈਂ ਇਹ ਚੀਜ਼ ਬਤਾਊਂਗੀ, ਜੋ ਸਟੂਡੈਂਟਸ ਯਹਾਂ ਸੇ ਵੀਜ਼ਾ ਲੈ ਕੇ ਜਾਤੇ ਹੈ, ਚਾਹੇ ਵੋ ICCRC ਮੈਂਬਰ ਕੇ ਥਰੂ ਪ੍ਰੋਸੈਸ ਕਰਵਾਤੇ ਹੈ ਜਾਂ ਕਿਸੀ ਕਾਮਨ ਬੈਨ ਕੇ ਥਰੂ ਆਪਣਾ
एप्लीकेशन प्रोसेस करवाते हैं, कनाडा पहुंचने के बाद उनको अल्टीमेटली एक एक्सपर्ट एडवाइस की ज़रूरत रहती है, और वहाँ पे उनको एक ICCRC मेंबर के थ्रू ही अपना केस जो है वो प्रोसेस करवाना होता है. दिस इज़ एज पर कैनेडियन रूल, बिकॉज रेगुलेटेड है वहाँ पे. जी हाँ जी, जी हाँ एग्जैक्टली. और जो लोग यहाँ से विदाउट ICCRC मेंबर आपके एप्लीकेशन को प्रोसेस करते हैं, आपको वीज़ा लगवा के कैनेडा भेज देते हैं, समहाउ उनका कैनेडा में कोई ऑफिस एग्जिस्ट नहीं करता, या इनडायरेक्टली किसी के साथ उनके टाइप्स होते हैं, और उस ट्राइंगल में बच्चे को कभी कभी सेटिस्फैक्ट्री सर्विसेज नहीं मिल पाती और बच्चा मिसगाइड हो जाता है. कम्युनिकेशन गैप वी कैन से सिंपली. बहुत सारे स्टूडेंट्स जो यहाँ से पंजाब से या इंडिया से जाते हैं कनाडा, वो ICCRC मेंबर को अप्रोच करते हैं, या मिसेस सीमा भ्याना जो कि बहुत ही फेमस पर्सनालिटी है कनाडा में, उनको इस चीज़ देता. असं भी गवाह बने जी, क्योंकि टोरंटो असं जो भी जाने सीमा जी जरूर मिलया जाता. बट एक चीज़ देखी है, सीमा जी को स्टूडेंट्स का भी रश बहुत ज्यादा, PR वाले तो आते ही आते, जी फैमिलीज आदि ने जिन्होंने करवानी है या जो उन्होंने थ्रू गए ने, स्टूडेंट्स भी काफ़ी उन्होंने ऑफिस बैठे होंगे, जो वीज़ा भी किसी होर तो लवा के गए. बट जो पता लगता है भी कौन अच्छा डील करता है, कौन जी सही गाइडेंस देगा, तो सीमा जी को असं काफ़ी स्टूडेंट्स मिले देखिया. की प्रॉब्लम्स आदि ने बच्चों जिद सीमा जी हेल्प करते हैं? देखिए, पहले तो मुझे ये बताना है कि मैक्रो ग्लोबल इमिग्रेशन सर्विसेज का जो कनाडा ऑफिस है, बहुत ही अप्रोचेबल साइट पे वो लोकेटेड है, और स्टूडेंट्स सिंपली जाके मिसेस सीमा भ्याना को वहाँ पे वो मिलते हैं, उनकी सर्विसेज लेते हैं. सेकेंडली, मिसेस सीमा भ्याना खुद में एक बहुत ही स्किल्ड और पोलाइट पर्सनैलिटी है, वो स्टूडेंट्स की प्रॉब्लम को मेंटली इमोशनली अंडरस्टैंड करके उनको जो है वो पूरा सॉल्यूशंस प्रोवाइड करती हैं. और दूसरी बात यह है कि कनाडा पहुंचने के बाद स्टूडेंट जो है वो बहुत ही अनअवेयर्ड होता है, वो यहाँ से तो मॉरली काफ़ी स्ट्रांग होके जाता है, लेकिन प्रैक्टिकली लैंडिंग के बाद उसको काफ़ी सारी प्रॉब्लम्स को फेस करना पड़ता है, बिकॉज उसको एरिया नहीं पता. स्टूडेंट की कनाडा पहुंचने के बाद अगर स्पेसिफिकली अगर उसके कोई रिलेटिव्स वहां नहीं है, सो ऐसे में स्टूडेंट को एक एक्सपर्ट एडवाइस की बहुत ज्यादा जरूरत होती है. और अगर आप हमारे ऑफिस में या मिसेस सीमा भ्याना से ICCRC मेंबर से मिलते हैं, वो आपके केस को प्रॉपरली असेस करके आपको बिल्कुल तरीके से आपको ये बता देते हैं कि आप कब वर्क परमिट के लिए अलाउड हो, या जब तक आपकी क्लासेस नहीं शुरू हो जाते आप काम करने के लिए अलाउड नहीं हो, या आप कैश बेसिस पे काम करते हो तो उसका क्या हार्म है, या आप टैक्स बेसिस पे भी काम कर रहे हैं तो आपको कितने आवर्स का काम करना है, या आपको अपने कोर्स को अपने जो भी सब्जेक्ट्स हैं उनको कितने क्रेडिट्स के लिए किस हिसाब से आपको कंप्लीट करना है. और जो सिंपल सा कैनेडियन एक्सपीरियंस क्लास के अंडर जो रूल है कि 2 ईयर्स की एजुकेशन आपको करने के बाद 3 ईयर्स का वर्क परमिट मिलता है, कई बार स्टूडेंट्स बहुत ही एक इस इंप्रेशन में होते हैं कि शायद 2 साल हम लोग इजिली कंप्लीट कर पाएंगे और उसके बाद हमें 3 ईयर्स का वर्क परमिट मिल जाएगा, लेकिन क्योंकि कनाडा जो है वो क्रेडिट सिस्टम में डील करता है, तो आपको ये बहुत सिंसियरली ध्यान रखना पड़ता है इस चीज़ का कि आप एक प्रोग्राम के अंडर कितने क्रेडिट्स कितने सब्जेक्ट्स क्लियर कर रहे हो. सो ये सारी चीज़ें कई बार जो यहाँ से इंडियन स्टूडेंट गया है, हमारा इंडियन एजुकेशन सिस्टम जो है वो टोटली डिफरेंट है कनेडियन एजुकेशन सिस्टम से. एग्जैक्टली, ये भी हैं चीज़ें. और हमारा ग्रेड सिस्टम, क्रेडिट सिस्टम, कनाडा डील्स इन क्रेडिट सिस्टम. ਤੁਸੀਂ ਜਿਹੜੀ ਗੱਲ ਕੀਤੀ ਸ਼ਿਵਾਨੀ ਜੀ, ਬਿਲਕੁਲ ਸੇਮ ਗੱਲ ਸੀਮਾ ਜੀ ਨੂੰ ਵੀ ਉੱਥੇ ਸਾਨੂੰ ਕਹੀ ਜੋ ਲਾਸਟ ਟਾਈਮ ਅਸੀਂ ਵਿਜ਼ਿਟ ਕੀਤਾ, ਲੰਚ ਕਰ ਰਹੇ ਸੀਗੇ. ਮੈਂ ਵੈਸੇ ਹੀ ਪੁੱਛ ਲਿਆ ਸੀਮਾ ਜੀ, ਕਿਹੜੀ ਪ੍ਰੋਬਲਮਸ ਆਉਂਦੀਆਂ ਨੇ ਬੱਚੇ ਜਿਹੜੇ ਤੁਹਾਡੇ ਕੋਲ ਇੰਨੇ ਵਿਜ਼ਿਟਸ ਕਰਦੇ, ਇੰਨੇ ਬੈਠੇ ਸੀ? ਉਹਨਾਂ ਨੇ ਕਿਹਾ ਵਨ ਬੱਚਿਆਂ ਨੂੰ ਸਹੀ ਦੱਸਿਆ ਹੀ ਨਹੀਂ ਜਾਂਦਾ ਤੁਸੀਂ ਕੋਰਸ ਕਿਹੜਾ ਪੜ੍ਹਨਾ, ਸੋ ਕੋਰਸ ਦੇ ਕੰਟੈਂਟਸ ਕੀ ਹੋਣਗੇ. ਬੱਚਾ ਇੱਥੇ ਆ ਕੇ ਘਬਰਾਇਆ ਫਿਰੇ, ਨਹੀਂ ਨਹੀਂ ਇਹ ਤਾਂ ਮੈਂ ਪੜ੍ਹ ਹੀ ਨਹੀਂ ਸਕਦਾ, ਮੇਰਾ ਕਾਲਜ ਚੇਂਜ ਕਰਾ ਦਿਓ. ਜੀ ਹਾਂਜੀ, ਬੱਚੇ ਨੂੰ ਇੱਥੋਂ ਅਵੇਅਰ ਕਰਕੇ ਹੀ ਨਹੀਂ ਭੇਜਿਆ ਜਾਂਦਾ ਵੀ ਅੱਗੇ ਤੇਰੇ ਜੋਬ ਆਊਟਕਮਸ ਕੀ ਨੇ, ਤੇਰੀ ਲਾਈਨ ਕੀ ਰਹੇਗੀ, ਤੂੰ ਕਿਸ ਕੋਰਸ ਦੇ ਵਿੱਚ ਜਾ ਰਿਹਾ, ਸਿਰਫ ਵੀਜ਼ੇ ਤੱਕ ਮੋਟਿਵ ਰੱਖਿਆ ਜਾਂਦਾ. ਸੋ ਇਹ ਵਾਕਈ ਕਾਫੀ ਵੱਡੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ. ਯਾ ਪੰਜਾਬ ਮੇ ਜੋ ਸਟੂਡੈਂਟ ਹਮ ਲੋਕ ਜੋ ਡੇਲੀ ਬੇਸਿਸ ਪੇ ਜਿਨ ਵੀ ਸਟੂਡੈਂਟਸ ਕੇ ਸਾਥ ਮਿਲਤੇ ਹੈ, ਸਟੂਡੈਂਟ ਕਾ ਸਿਰਫ ਇੱਕ ਹੀ ਕੁਐਸਚਨ ਹੈ, ਉਨਕੇ ਪੇਰੈਂਟਸ ਕਾ ਇੱਕ ਹੀ ਕੁਐਸਚਨ ਹੋਤਾ ਹੈ ਕਿ ਕੋਰਸ ਰੈਲੇਵੈਂਸੀ ਹਮਾਰੀ ਹੋਣੀ ਚਾਹੀਏ. ਬਟ ਕੋਰਸ ਰੈਲੇਵੈਂਸੀ ਐਗਜੈਕਟਲੀ ਮੇ ਹੈ ਕਿਆ ਚੀਜ਼, ਉਹ ਚੀਜ਼ ਉਨਕੋ ਨਹੀਂ ਪਤਾ. ਉੱਥੇ ਕੋਰਸ ਦੇ ਵਿੱਚ ਸਬਜੈਕਟ ਕੰਟੈਂਟਸ ਕੀ ਨੇ, ਪ੍ਰੈਕਟੀਕਲ ਕਿੰਨਾ ਹੈ, ਥਿਊਰੀ ਕਿੰਨਾ ਹੈ, ਕੀ ਪੜ੍ਹਨਾ ਹੈ, ਕੌਪ ਅਪ ਹੈ ਕਿ ਨਹੀਂ ਹੈ, ਇਹ ਚੀਜ਼ਾਂ ਨਹੀਂ ਮਤਲਬ ਪਤਾ ਹੁੰਦੀਆਂ. ਇਹ ਫਰਜ਼ ਵੀ ਇੱਕ ਪਾਸੇ ਜੇ ਦੇਖੀਏ ਤੇ ਕੰਸਲਟੈਂਟ ਦਾ ਆ ਜਾਂਦਾ. ਸਭ ਤੋਂ ਵੱਡੀ ਗੱਲ, ਜਿਵੇਂ ICCRC ਮੈਂਬਰ ਇੱਕ ਐਥਿਕਸ ਸਿਖਾਏ ਜਾਂਦੇ ਨੇ ਉਹਨਾਂ ਨੂੰ, ਉਹ ਬਾਕੀ ਕੰਪਨੀ ਨੂੰ ਵੀ ਉਸੇ ਹਿਸਾਬ ਨਾਲ ਐਥਿਕਸ ਸਿਖਾਉਂਦੇ ਨੇ ਵੀ ਆਪਾਂ ਇਸ ਤਰ੍ਹਾਂ ਕੰਮ ਕਰਨਾ ਹੈ, ਸਹੀ ਗਾਈਡੈਂਸ ਦੇਣੀ ਹੈ. ਸੋ ਜੇ ਸਹੀ ਗਾਈਡੈਂਸ ਚਾਹੀਦੀ ਹੈ ਕੈਨੇਡਾ ਬਾਰੇ, ਤਾਂ ਸੀਮਾ ਬਿਆਨਾ ਜੀ ਦੀ ਕੰਪਨੀ ਦੇ ਨੰਬਰ ਚਲਾਏ ਜਾ ਰਹੇ ਨੇ, ਤੁਸੀਂ ਉਹਨਾਂ 'ਤੇ ਕਾਲ ਕਰਕੇ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ. ਕਨਫਿਊਜ਼ਨ ਬੇਸਿਕਲੀ ਹੁੰਦੀ ਕੋਈ ਨਹੀਂ, ਕਨਫਿਊਜ਼ਨ ਕ੍ਰੀਏਟ ਕੀਤੀ ਜਾਂਦੀ ਹੈ ਕਿਉਂਕਿ ਅਵੇਅਰਨੈਸ ਦੀ ਘਾਟ ਹੁੰਦੀ ਹੈ.
सेम एज आप एग्जाम्पल ले लिए 8 जून नू एस डी एस लागू होंगे, उस तो बाद काफ़ी तरह के सवाल सामने आते हैं भी एस डी एस लागू हो गया कि नॉन एस डी एस जनरल बंद हो गया, कि सिक्स बैंड ईच का ही वीज़ा लगेगा, एक साल की फीस नाल ही वीज़ा लगेगा 6 महीने की फीस नाल, या सिक्स बैंड एक च 5.5 वीज़ा नहीं लगेगा। काफ़ी तरह के सवाल साढ़े तक पहुँचे, थोड़े तक भी आए होने, की जवाब रहा थोड़ा? अमन जी, ये चीज़ मैं ऑलरेडी मार्केट में काफ़ी बार ये हम लोग एक्सप्रेस कर चुके हैं और मैं फिर से एक बार हाईलाइट करूँगी कि एसटीएस और नॉन एसटीएस प्रोग्राम जो है इसका जो रिजल्ट्स हैं वो बहुत ही कॉमन हैं, जिस तरीके से हम लोग एसपीपी और नॉन एसपीपी के रिजल्ट्स थे। जैसे ही 8 जून को ये प्रोग्राम इंट्रोड्यूस हुआ है तो एकदम से मिस इंटरप्रेट किया गया कि 6 इंच के साथ ही आप केस लगा सकते हो या आपको 1 साल की ट्यूशन अच्छा, पे करना। करता कौन है? कौन है जिया रूमर्स जिड़ियां बार करता? ऐसे बहुत सारे लोग हैं या ऐसे बहुत सारे एजेंट्स कंसल्टेंट्स मार्केट में हैं जिनका शायद गोल सिर्फ ये है कि स्टूडेंट्स से किसी ना किसी तरीके से पैसे इकट्ठे किए जाएं और स्टूडेंट के फ्यूचर को जो कंसंट्रेट नहीं करते, शायद ये चीज़ें उनके थ्रू एक्सप्रेस होती हैं। हम किसी को स्पेसिफिकली नाम नहीं दे सकते, लेकिन शिवानी जी, जो तुम काफ़ी एक्सपीरियंस हो थोड़ी कंपनी भी, सीमा जी भी थोड़ी मीटिंग्स होंगे ने, एक जो फाइल लगती है वीजा ऑफिसर को, प्रोफाइल मैटर करती है या कैडी कैटेगरी लग रही है, कैटेगरी मैटर करती है? सी, मेरा पर्सनल एक्सपीरियंस और एडवाइस ये है कि जब भी हम एप्लीकेशन हाई कमीशन के सामने प्रेजेंट करते हैं तो आपका प्रोफाइल मैटर करता है। प्रोफाइल मैटर एग्जैक्टली मैटर करता है, आपके एकेडमिक रिकॉर्ड्स क्या हैं, आपका आइल्स क्या है, ये सब चीज़ें मैटर करती हैं। आपकी रेलिवेंसी भी मैटर करती है कि आपका प्रोस्पेक्टिव कोर्स आपके प्रीवियस एजुकेशन के साथ मैच करता हो। सो ये सब चीज़ें मैच जो है वो कंसिडरेबल होती हैं। दूसरी बात ये कि अभी जैसे बात हुई है एसटीएस और नॉन एसटीएस प्रोग्राम की, तो स्टूडेंट्स को ये चीज़ जरूर मैं बताना चाहूंगी कि एसटीएस और नॉन एसटीएस जितने जोर शोर से ये अनाउंस किया गया था, प्रैक्टिकली उतना ये इम्प्लीमेंट नहीं हो पाया है और आपके जो एप्लीकेशन प्रोसेस हैं वो नॉर्मल तरीके से ही प्रोसेस हो रहे हैं। जैसे एसटीएस में 45 डेज का प्रोसेसिंग टाइम था या नॉन एसटीएस में 35 डेज का सॉरी 3 मंथ्स का जो प्रोसेसिंग टाइम था, ऐसा कुछ भी नहीं है। वी हैव सीन की 12-15 डेज में वीजाज दोनों ही कैटेगरीज के आए हैं। मैक्सिमम टाइम लेके चल रहे भी लग सकता है। हाँ जी, हाँ जी, हाँ जी, लेकिन प्रैक्टिकली ऐसा नहीं हुआ है और स्टूडेंट्स को घबराने की जरूरत नहीं है। अगर आपके पास 6 से नीच नहीं भी हैं तो कुछ ऑप्शंस कनाडा के ऐसे हैं या कुछ कॉलेजेस अभी भी ऐसे प्रोग्राम्स ऑफर करते हैं जहाँ पे ओवरऑल 6 और 5.5 के साथ आपका एडमिशन हो जाता है। और साथ के साथ अगर आपके पास इतना कैपिटल नहीं है कि आप 1 साल का फीस पे कर सको तो आप 6 मंथ्स की फीस के साथ भी प्रोसेस कर सकते हैं एप्लीकेशन को और उसके रिजल्ट्स पॉजिटिव हैं। वीजा आ रहे बिल्कुल, नॉन एस डी एस भी वीज़ा आ रहे हैं जी। नॉन एस डी एस हूँ दो चीज़ा हो गई सी, अगे हों शिवानी जी भी जोड़ा 5.5 बैंड वाला है वो नॉन एस डी एस हों जो एस पी पी हों, अज नॉन एस डी एस 6 बैंड वाला भी नॉन एस डी एस 5.5 वाला भी नॉन एस डी एस है। पॉजिटिव प्रोफाइल कि देख दो वीज़ा लैन लिये? एज आई सेड अमन जी, कि इंडिविजुअली स्टूडेंट के जो एकेडमिक रिकॉर्ड्स हैं, उसका आयल स्कोर है, ये सब चीज़ें ही मैटर करेंगी। 5.5 बैंड्स के साथ पर्सनली एक बार फिर से मैं एक्सप्रेस करूंगी कि माइक्रो ग्लोबल इमिग्रेशन सर्विसेज ने ओपनली 5.5 बैंड्स के साथ कभी भी एडमिशंस को जो है वो एडमिट नहीं किया है या एनरोल नहीं किया, बिकॉज 5.5 बैंड्स के साथ कहीं ना कहीं स्टूडेंट के माइंड में भी ये चीज़ होती है कि रिक्वायर्ड बैंड स्कोर नहीं है या रिक्वायरमेंट्स कहीं ना कहीं लूज हैं और केस को प्रोसेस करने के टाइम पे हम लोगों को भी वो जो है वो डाउट रहते हैं कि एक स्ट्रांग प्रोफाइल नहीं है। सो 5.5 पे जो एप्लीकेशंस है वो किसी ना किसी तरीके से ट्रायल वाली एप्लीकेशंस बन जाती हैं कि यू जस्ट टेक अ चांस एंड सी इफ इट इज पॉजिटिव और नॉट। एक्सपीरियंस लेने का मतलब एक्सपीरियंस वाल आप कह सकते हैं, स्टूडेंट एक तरीके से एक चांस लेना चाहता है अपनी एप्लीकेशन को लेके। सो उसी चीज को रिकवर करने के लिए मैं थोड़ा सा एडवाइस ये जरूर देना चाहती हूँ पेरेंट्स को और स्टूडेंट्स को कि आप अपनी एप्लीकेशन को 5.5 बैंड्स के साथ ट्राई ना करें। आप ओवरऑल 6 या 5.5 या 6 इंच का जो टारगेट है उसी को कोशिश करें कि आप उसी के साथ अपना केस जो है वो आगे हाई कमीशन में कनाडा के लिए प्रेजेंट करें। एक और ऑप्शन जो है वो अभी आज की डेट में कंसीडर किया जा सकता है। पिछले कुछ टाइम से हम लोगों ने ये देखा है कि ऑस्ट्रेलिया थोड़ा रिलैक्स्ड है। सो जो स्टूडेंट्स किसी वजह से कनाडा नहीं क्वालिफाई कर पा रहे हैं या 5.5 बैंड्स के साथ रिफ्यूजल्स भी हैं कुछ स्टूडेंट्स के, सो वो सिंपली ऑस्ट्रेलिया के लिए अपना एप्लीकेशन जो है वो प्रोसेस करवा सकते हैं, बिकॉज आज की डेट में ऑस्ट्रेलिया जो है वो लीनियंट है, आपको 5.5 बैंड्स के साथ भी एंटरटेन वो कर रहा है और वीज़ास भी आ रहे हैं।
ਸਾਢੇ ਪੰਜ ਬੈਂਡ ਨਾਲ ਆਸਟ੍ਰੇਲੀਆ ਦੀ ਸਰਵਿਸਿਜ਼ ਨੇ ਉਹ ਵੀ ਲੈਣਾ ਚਾਹੁੰਦੇ ਹੋ ਤਾਂ ਮੈਕਰੋ ਗਲੋਬਲ ਦੀ ਟੀਮ ਤੁਹਾਡੀ ਉਹਦੇ 'ਚ ਵੀ ਹੈਲਪ ਕਰਨ ਨੂੰ ਤਿਆਰ ਹੈ, ਨਿਊਜ਼ੀਲੈਂਡ ਦੀ ਵੀ ਹੈਲਪ ਕਰਨ ਨੂੰ ਤਿਆਰ ਹੈ, ਤੁਸੀਂ ਉਹਨਾਂ ਤੱਕ ਪਹੁੰਚ ਕਰਨ ਲਈ ਉਹਨਾਂ ਦੇ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਕੇ ਮਿਲ ਸਕਦੇ ਹੋ। ਅੱਜ ਸਾਢੇ ਪੰਜ ਬੈਂਡ 'ਤੇ ਕੈਨੇਡਾ ਦੀ ਜੇ ਗੱਲ ਕਰੀਏ, ਕਿਊਬੈਕ ਸਾਹਮਣੇ ਆ ਰਿਹਾ ਵੀ ਕਿਊਬੈਕ ਦੇ ਵਿੱਚ ਆਪਸ਼ਨਸ ਨੇ ਸਾਢੇ ਪੰਜ ਬੈਂਡ ਨਾਲ ਜਾਣ ਦੀਆਂ, ਕੀ ਕਹਿਣਾ ਉਸ ਬਾਰੇ? ਅਮਨ ਜੀ, ਪਹਿਲੇ ਤੋਂ ਕਿਊਬੈਕ ਜੋ ਹੈ ਉਹ ਇੱਕ ਅਲੱਗ ਪ੍ਰੋਵਿੰਸ ਹੈ ਜੋ ਕਹੀਂ ਨਾ ਕਹੀਂ ਕੈਨੇਡਾ ਕੇ ਸਾਥ, ਪੂਰੇ ਕੇ ਪੂਰੇ ਕੈਨੇਡਾ ਕੇ ਸਾਥ ਕੰਪਟੀਸ਼ਨ ਮੇਂ ਰਹਿਤਾ ਹੈ, ਵੁੱਡ ਸੇ। ਦੂਸਰੀ ਬਾਤ ਇਹ ਕਿ ਕਿਊਬੈਕ ਇੱਕ ਫ੍ਰੈਂਚ ਡੋਮੀਨੇਟਡ ਏਰੀਆ ਹੈ। ਅੱਛਾ, ਇਹ ਬਿਲਕੁਲ ਐਕਸਪੀਰੀਅੰਸ ਸਾਨੂੰ ਵੀ ਹੋਇਆ। ਲਾਸਟ ਅਸੀਂ ਬਾਏ ਰੋਡ ਜਾ ਰਹੇ ਸੀ, ਅਸੀਂ ਜਿੱਥੇ ਵੀ ਕਿਊਬੈਕ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇੰਗਲਿਸ਼ ਦੇ ਵਿੱਚ, ਉਹ ਇੰਗਲਿਸ਼ ਨੂੰ ਬੋਲਣਾ ਵੀ ਆਉਂਦਾ ਜਾਣ ਕੇ ਨਹੀਂ ਬੋਲਦੇ। ਐਗਜੈਕਟਲੀ, ਉਹ ਫ੍ਰੈਂਚ ਬੋਲ ਕੇ ਜ਼ਿਆਦਾ ਖੁਸ਼ ਨੇ। ਜੀ ਹਾਂ ਜੀ। ਸੋ ਕਿਊਬਿਕ ਜੋ ਹੈ ਉਹ ਆਪਣੀ ਆਪਣੇ ਰੂਲਸ, ਆਪਣੇ ਲਾਅ ਔਰ ਆਪਣੀ ਲੈਂਗੁਏਜ ਕੋ ਲੈ ਕੇ ਬਹੁਤ ਹੀ ਜ਼ਿਆਦਾ ਪਰਟੀਕੁਲਰ ਹੈ। ਜੀ ਜੀ ਜੀ। ਬਟ ਪ੍ਰੈਕਟੀਕਲੀ ਇੰਡੀਆ ਮੇਂ ਕਿਆ ਹੋਤਾ ਹੈ ਕਿ ਜੋ ਸਟੂਡੈਂਟਸ 6 ਇੰਚ ਨਹੀਂ ਲੈ ਪਾਤੇ ਹੈ ਔਰ ਉਨਕੋ ਅਗਰ ਕਹੀਂ ਆਪਸ਼ਨ ਦਿਖਤਾ ਹੈ ਕਿ 5.5 ਬੈਂਡਸ ਕੇ ਸਾਥ ਕੋਈ ਐਂਟਰਟੇਨ ਕਰ ਰਿਹਾ ਹੈ ਤੋ ਸਾਰਾ ਕਾ ਸਾਰਾ ਰਸ਼ ਉਸੀ ਤਰਫ ਹੋ ਜਾਤਾ ਹੈ। ਉਹ ਇਸ ਲਈ ਹੋ ਜਾਤਾ ਹੈ ਜਿਵੇਂ ਹੁਣ ਤੁਸੀਂ ਦੱਸਤਾ ਵੀ ਉਹ ਫ੍ਰੈਂਚ ਡੋਮੀਨੇਟਿਡ ਕੰਟਰੀ ਹੈਗੀ ਹੈ ਜਾਂ ਏਰੀਆ ਹੈ, ਬਾਕੀ ਇਹ ਚੀਜ਼ ਦੱਸਦੇ ਨੇ। ਐਗਜੈਕਟਲੀ। ਸੋ ਕਿਊਬਿਕ ਮੇਂ ਕੁਛ ਐਸੇ ਆਪਸ਼ਨਸ ਹੈ ਜਾਂ ਕੁਛ ਕਾਲਜਸ ਯੂਨੀਵਰਸਿਟੀਜ਼ ਐਸੇ ਹੈ, ਯੂਨੀਵਰਸਿਟੀਜ਼ ਤੋਂ ਮੈਂ ਨਹੀਂ ਕਹੂੰਗੀ ਲੇਕਿਨ ਕਾਲਜਸ ਐਸੇ ਹੈ ਜੋ 5.5 ਬੈਂਡਸ ਕੇ ਸਾਥ ਆਪਕੇ ਐਡਮਿਸ਼ਨਸ ਕੋ ਐਂਟਰਟੇਨ ਕਰਤੇ ਹੈ ਔਰ ਆਪਕਾ ਕਹੀਂ ਨਾ ਕਹੀਂ CSQ ਵੀ ਜੋ ਹੈ ਵੋ ਟਾਈਮਲੀ 30 ਡੇਜ਼ ਕੇ ਬੀਚ ਮੇਂ ਆ ਹੀ ਜਾਤਾ ਹੈ। ਸੋ ਇੰਡੀਅਨ ਮੈਂਟੈਲਿਟੀ ਇਹ ਹੈ ਕਹੀਂ ਨਾ ਕਹੀਂ ਕਿ ਸਟੂਡੈਂਟਸ ਅਵੋਇਡ ਕਰਨਾ ਚਾਹਤੇ ਹੈਂ, ਮਲਟੀਪਲ ਅਟੈਂਪਟਸ ਕਰਨੇ ਕੇ ਬਾਅਦ ਵੋ ਫਰਸਟ੍ਰੇਟ ਵੀ ਹੋ ਜਾਤੇ ਹੈਂ ਆਇਲਸ ਕਾ, ਤੋ ਫਿਰ ਉਨਕੋ ਲਗਤਾ ਹੈ ਕਿ ਸ਼ਾਇਦ 5.5 ਬੈਂਡਸ ਕੇ ਸਾਥ ਅਗਰ ਹਮ ਕਿਊਬਿਕ ਕੇ ਲਈ ਐਂਟਰਟੇਨ ਹੋ ਰਹੇ ਹੈਂ ਤੋ ਹਮ ਲੋਗੋਂ ਕੋ ਪ੍ਰੋਸੈਸ ਕਰਨਾ ਚਾਹੀਏ। ਲੇਕਿਨ ਆਈ ਵੁੱਡ ਸੇ ਕਿ ਆਪ ਕਿਊਬਿਕ ਕੇ ਲਈ ਜ਼ਰੂਰ ਕਰ ਸਕਤੇ ਹੈਂ ਲੇਕਿਨ ਆਪ ਆਪਣੇ ਮਾਇੰਡ ਮੇਂ ਇਹ ਜ਼ਰੂਰ ਰੱਖੇਂ ਕਿ ਵੋ ਇੱਕ ਫ੍ਰੈਂਚ ਡੋਮੀਨੇਟਡ ਏਰੀਆ ਹੈ, ਵਹਾਂ ਜਾ ਕੇ ਬੱਚੇ ਕੀ ਸਟਰਗਲ ਥੋੜ੍ਹੀ ਇਨਕਰੀਜ਼ ਹੋ ਸਕਦੀ ਹੈ ਕੰਪੈਰੇਟਿਵਲੀ ਅਦਰ ਪ੍ਰੋਵਿੰਸਿਸ। ਬੇਸਿਕਲੀ ਇਹ ਫਰਕ ਰਹਿੰਦਾ ਇੱਕ ਕੰਸਲਟੈਂਟ ਦਾ ਅਤੇ ਇੱਕ ਏਜੰਟ ਦਾ, ਕਿਉਂਕਿ ਕੰਸਲਟੈਂਟ ਤੁਹਾਨੂੰ ਹਰ ਇੱਕ ਏਰੀਆ ਦੀ ਹਰ ਇੱਕ ਜਗ੍ਹਾ ਦੀ ਪੋਜ਼ਿਟਿਵ ਨੈਗੇਟਿਵ ਦੱਸ ਕੇ ਭੇਜਦਾ, ਏਜੰਟ ਸਿਰਫ ਤੁਹਾਨੂੰ ਵੀਜ਼ਾ ਦੱਸਦਾ ਵੀ ਹਾਂ ਵੀਜ਼ਾ ਲੱਗ ਜਾਏਗਾ, ਬਾਅਦ ਜਾ ਕੇ ਬੱਚੇ ਨੂੰ ਪ੍ਰੋਬਲਮਸ ਆਉਣੀ ਆ ਉਹਨੂੰ ਬੋਦਰ ਨਹੀਂ ਕਰਦਾ ਬਿਕੋਜ਼ ਉਹ ਆਪਣੇ ਚਾਰਜਿਸ ਲੈ ਚੁੱਕਾ। ਸੋ ਜੇ ਮੈਕਰੋ ਗਲੋਬਲ ਜਿਹੜੀ ਇਮੀਗ੍ਰੇਸ਼ਨ ਸਰਵਿਸਿਜ਼ ਕੰਪਨੀ ਦੇ ਕੰਸਲਟੈਂਟ ਤੋਂ ਤੁਸੀਂ ਆਪਣੀ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਕੈਨੇਡਾ ਨੂੰ ਲੈ ਕੇ, ਚਾਹੇ ਉਹ PR ਨੂੰ ਲੈ ਕੇ ਹੈ, ਫੈਮਿਲੀ ਸਪੋਂਸਰਸ਼ਿਪ ਨੂੰ ਲੈ ਕੇ ਹੈ ਜਾਂ ਖਾਸ ਕਰ ਸਟੂਡੈਂਟ ਵੀਜ਼ਾ ਨੂੰ ਲੈ ਕੇ ਹੈ, SDS ਜਾਂ ਨੋਨ SDS ਇਹਨਾਂ ਤੱਕ ਰਾਬਤਾ ਕਾਇਮ ਕਰ ਸਕਦੇ ਹੋ। ਮੈਂ ਪੁੱਛਣਾ ਇਹ ਵੀ ਚਾਹੁੰਦਾ ਵੀ ਹੁਣ ਜਿਵੇਂ ਸਟੂਡੈਂਟ ਦੀ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ, ਨੋਨ SDS SDS ਦੀ, ਇਸ ਤੋਂ ਇਲਾਵਾ ਜਿਵੇਂ PR ਐਕਸਪ੍ਰੈਸ ਐਂਟਰੀ ਹੈ, ਉਹਦੇ ਵਿੱਚ ਵੀ ਮੈਕਰੋ ਗਲੋਬਲ ਪ੍ਰੋਪਰਲੀ ਸਰਵਿਸਿਜ਼ ਇੱਥੋਂ ਇੰਡੀਆ ਤੋਂ ਵੀ ਦਿੰਦੇ ਨੇ? ਐਗਜੈਕਟਲੀ ਅਮਨ ਜੀ, ਮੈਂ ਇਹ ਕਹੂੰਗੀ ਕਿ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਕਾ ਜੋ ਐਕਸਪਰਟੀਜ਼ ਹੈ ਵੋ ਹੈ ਹੀ ਇਮੀਗ੍ਰੇਸ਼ਨ PR ਹੈ ਔਰ ਹਮ ਕੈਨੇਡਾ ਕੇ ਜੋ ਡਿਫਰੈਂਟ ਕੈਟੇਗਰੀਜ਼ ਜੋ ਹੈ PR ਕੇ ਵੋ ਹਮ ਪ੍ਰੋਸੈਸ ਕਰਤੇ ਹੈ। ਕਾਫੀ ਹੱਦ ਤੱਕ ਜੋ ਹੈ ਕਸਟਮਰ ਕੋ ਯੇ ਪਤਾ ਹੀ ਨਹੀਂ ਹੋਤਾ ਕਿ ਬਹੁਤ ਸਾਰੇ ਕੈਟੇਗਰੀਜ਼ ਹੈ ਕੈਨੇਡਾ PR ਪ੍ਰੋਸੈਸ ਕਰਨੇ ਕੇ। ਆਪ ਅਗਰ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਮੇਂ ਅਪਰੋਚ ਕਰਤੇ ਹੈ ਤੋ ਹਮ ਆਪਕੇ ਕੇਸ ਕੋ ਐਗਜੈਕਟਲੀ ਅਸੈਸ ਕਰਕੇ ਆਪਕੋ ਬਤਾ ਸਕਤੇ ਹੈ ਕਿ ਆਪ ਕਿਸ ਕੈਟੇਗਰੀ ਮੇਂ ਫਾਲ ਕਰਤੇ ਹੈ। ਬਿਲਕੁਲ ਠੀਕ ਗੱਲ ਹੈ, ਕਈ ਵਾਰੀ ਕਈ ਫਾਲ ਕਰਦੇ ਵੀ ਹੁੰਦੇ, ਆਪਣੀ ਸਹੀ ਅਸੈਸਮੈਂਟ ਹੀ ਨਹੀਂ ਕਰਾਉਂਦੇ ਕਿਸੇ ਕੋਲੋਂ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ PR ਲਈ ਐਲੀਜੀਬਲ ਹਾਂ। ਜੋ ਪ੍ਰੈਜੈਂਟ ਪ੍ਰੋਗਰਾਮ ਜੋ ਪ੍ਰੋਸੈਸ ਮੇਂ ਹੈ ਵੋ ਹੈ ਐਕਸਪ੍ਰੈਸ ਐਂਟਰੀ ਔਰ ਜਿਸਕੇ ਅੰਡਰ ਕਾਫੀ 3 ਜਾਂ 4 ਕੈਟੇਗਰੀਜ਼ ਫਾਲ ਕਰਤੇ ਹੈ ਔਰ ਜੋ ਸਬਸੇ ਹਾਈਲਾਈਟਡ ਕੈਟੇਗਰੀ ਹੈ ਦੈਟ ਇਜ਼ ਫੈਡਰਲ ਸਕਿਲਡ ਕਲਾਸ ਔਰ ਇਹ ਬਹੁਤ ਹੀ ਸਕਸੈਸਫੁਲ ਕੈਟੇਗਰੀ ਹੈ। ਆਈ ਵੁੱਡ ਸੇ ਇਸਮੇਂ PR ਆਪਕਾ ਲੈਣਾ ਬਿਲਕੁਲ ਵੀ ਡਿਫੀਕਲਟ ਨਹੀਂ ਹੈ, ਦਾ ਹੋਲ ਗੇਮ ਡਿਪੈਂਡਸ ਅਪੋਨ ਆਇਲਸ। ਮਤਲਬ ਆਈ ਵੁੱਡ ਸੇ ਕਿ ਕੈਨੇਡੀਅਨ ਇਮੀਗ੍ਰੇਸ਼ਨ ਗੌਰਮੈਂਟ ਨੇ PR ਕੋ ਬਹੁਤ ਹੀ ਈਜ਼ੀ ਕਰ ਦਿਆ ਹੈ ਲੇਕਿਨ ਸਾਰੀ ਕੀ ਸਾਰੀ ਜੋ ਚੀਜ਼ ਹੈ ਵੋ ਆਪਕੇ ਆਇਲਸ ਕੇ 7.7-8 ਮੈਕਸੀਮਮ ਅਗਰ ਆਪ ਲੇਤੇ ਹੈ ਤੋ ਫਿਰ ਆਪ ਕੁਆਲੀਫਾਈ ਕਰ ਸਕਤੇ ਹੈ। ਆਈ ਵੁੱਡ ਅਗੇਨ ਸੇ ਕਿ ਜੋ ਐਕਸਪ੍ਰੈਸ ਐਂਟਰੀ ਹੈ ਵੋ ਇੱਕ ਮੈਰਿਟ ਸਿਸਟਮ ਹੈ, ਸ਼ਾਇਦ ਕਸਟਮਰ ਇਸ ਚੀਜ਼ ਕੋ ਲੈ ਕੇ ਅਵੇਅਰ ਵੀ ਨਹੀਂ ਹੈ। ਐਕਸਪ੍ਰੈਸ ਐਂਟਰੀ ਇਜ਼ ਨੋਟ ਅ ਕੈਟੇਗਰੀ, ਇਟਸ ਜਸਟ ਅ ਫਾਰਮੂਲਾ ਟੂ ਪ੍ਰੋਸੈਸ ਦ PR ਐਪਲੀਕੇਸ਼ਨ। ਤੋ ਕਈ ਵਾਰ ਹਮਾਰੇ ਕੋ ਬਹੁਤ ਸਾਰੇ ਡੇਲੀ ਬੇਸਿਸ ਪੇ ਲੋਕ ਕਾਲ ਕਰਤੇ ਹੈ ਔਰ ਆਪਣੇ PR ਪ੍ਰੋਗਰਾਮਸ ਕੇ ਲੀਏ ਪੁੱਛਤੇ ਹੈ, ਸੋ ਹਮ ਉਨਕੋ ਯੇ ਉਨਕੇ ਕੇਸ ਕੋ ਪ੍ਰੋਸੈਸ ਕਰਕੇ ਯਾ ਅਸੈਸ ਕਰਕੇ ਯੇ ਸਮਝਾਨਾ ਚਾਹਤੇ ਹੈ ਕਿ ਆਪਕਾ ਇੱਕ ਮੈਰਿਟ ਕ੍ਰੀਏਟ ਹੋਗਾ ਔਰ ਵੋ ਮੈਰਿਟ ਮੇਂ ਆਪਕੀ ਮੈਰਿਟ ਇਨਕਰੀਜ਼ ਕਰਨੇ ਕੇ ਲੀਏ ਸਬਸੇ ਬੜਾ ਰੋਲ ਜੋ ਹੈ ਵੋ ਆਇਲਸ ਪਲੇ ਕਰ ਰਹਾ ਹੈ। ਆਪਕੀ ਐਜੂਕੇਸ਼ਨ ਐਕਸਪੀਰੀਅੰਸ ਏਜ ਯੇ ਸਭ ਚੀਜ਼ਾਂ ਵੀ ਮੈਟਰ ਕਰਤੀ ਹੈ ਲੇਕਿਨ ਆਇਲਸ ਇਜ਼ ਵੈਰੀ ਇੰਪੋਰਟੈਂਟ। ਸੋ ਮੈਰਿਟ ਕੰਪੀਟ ਕਰਨੇ ਕੇ ਲੀਏ ਆਪਕੋ 7.7-8 ਕਾ ਸਕੋਰ ਜੋ ਹੈ ਵੋ ਲੈਣਾ ਪੜਤਾ ਹੈ। ਹਰ ਇੱਕ ਕੇਸ ਮੇਂ ਐਸਾ ਨਹੀਂ ਹੈ, ਕਈ ਵਾਰ ਐਸਾ ਹੈ ਕਿ ਕੈਂਡੀਡੇਟ ਮਾਸਟਰ ਡਿਗਰੀ ਹੋਲਡਰ ਹੈ ਜਾਂ ਪ੍ਰੋਫੈਸ਼ਨਲ ਡਿਗਰੀਜ਼ ਹੈ ਲਾਈਕ MBBS ਹਮ ਲੋਕ ਕਹਿ ਸਕਤੇ ਹੈ, ਤੋ ਵੋ ਲੋਕੋਂ ਕੋ
कभी कभी इतना स्कोर करने की ज़रूरत नहीं भी होती, लेकिन ये सब चीज़ें टेलीफोनिकली जो हैं वो आंसरेबल नहीं सारे है। सीआरएस पे डिपेंड कर सीआरएस पे डिपेंड किन्ना करता है, बनता है उन्हों इसके का। लिए कस्टमर को हमारे पास पर्सनली आना पड़ेगा। अच्छा आईसीसीआरसी मेंबर को तो आना एक समझ आती है, उन्होंने फील्ड है वो एक्सपर्ट ने, आम एजेंट को जाके वो भी सीआरएस बना के दे देंगे, नहीं नहीं तो 400 बनता जी, तो 390 बनता है, जो पूछो कितों बनवाया साढ़े नाल कोई एजेंट जी वो तो बनवा लिया। ये भी जरूरी होंगे भी एक एक्सपर्ट तो बनवाया जाए। देखिए, देर इज़ नथिंग रॉन्ग कि अगर आपको कोई कॉर्नर साइट पे भी सीआरएस बना के दे रहा है तो नथिंग रॉन्ग इन दैट। बट क्योंकि पीआर इज़ अ वेरी सेंसिटिव एप्लीकेशन, वेरी लॉन्ग एप्लीकेशन, उसमें आपकी जो डॉक्यूमेंटेशन है या जो आपका प्रोफाइल कैलकुलेट होगा, जिसको हम एनओसी कैलकुलेशन कहते हैं, सो इट्स वेरी सेंसिटिव, और बेटर होगा कि आप किसी एक्सपर्ट एडवाइस ही सो दैट्स फॉलो व्हाई करें। मैं पूछ रहा हूँ भी एक्सपर्ट को जाके ही राय ली एग्जैक्टली। जाए, दैट्स कुड बी बेनिफिशियल। एंड वन मोर थिंग कि कैनेडियन इमिग्रेशन गवर्नमेंट के एडवाइस के हिसाब से भी यही है कि अगर आप अपनी परमानेंट रेजिडेंसी की जो एप्लीकेशन प्रोसेस करवाना चाहते हैं, आप आईसीसीआरसी मेंबर के थ्रू ही प्रोसेस करवाएं, जी क्योंकि एक आईसीसीआरसी मेंबर जो है वो रूल्स एंड रेगुलेशंस के साथ बिल्कुल अपडेटेड होता है रेगुलर बेसिस पे, जो सर्कुलर्स इमिग्रेशन के उनको आते रहते हैं, जो भी अपग्रेडेशंस होती रहती हैं उसके रिगार्डिंग। सो एक आईसीसीआरसी मेंबर जो है वो आपको बिल्कुल ऑथेंटिक, अप टू डेट और एक्यूरेट आपको एडवाइस करेगा आपके एप्लीकेशन को जी लेकर। सो काफ़ी बेनिफिट्स ने जी आईसीसीआरसी मेंबर तो सर्विसेज लैन दे। सीमा बयाना जी की कंपनी मैक्रो ग्लोबल तो तुम कोई सर्विस चाहते हो तो इन्होंने नंबर पर कॉल करके अपना रबता कायम कर सकते हो, चाहे वह पीआर संबंधी है या स्टूडेंट वीजा संबंधी है। कुछ जेडे सैटिस्फाइड वीज़ा लै चुके क्लाइंट्स इन्हों के साथ मौजूद ने, वो अपना एक्सपीरियंस शेयर करना चाहते हैं उन्होंने मैक्रो ग्लोबल तो किदा का रहा, उन्होंने मिलते हैं तो जानते हैं उन्होंने एक्सपीरियंस। Hi, my name is Vijay and I apply the Canadian Study Visa for Micro Global Immigration Services Mohali and my visa is approved. I would like to thank you Sanjay sir and Shivani ma'am, and I would like to suggest you all please come and visit here once. I am Gaminder Khursa. I have applied for my visa from Micro Global. Micro Global have helped me a lot as I have interacted with Sanjay sir and Shivani ma'am. And they have guided me a lot and helped me a lot in the whole process of getting the visa. And today I am very thankful to the Micro Global because on time I get the visa. And I also recommend everybody that please visit Micro Global for your better future for getting the visa of any country. Thank you. Hello everyone, my name is Lakhvir Singh Sandhu. I am from Ogre district and I got my Canada study visa and I got this visa from Micro Global Immigration Service, and I suggest all of you to please once visit this their office and you will definitely get good advice from them. My name is Kiranjit Kaur Sandhu. I am thankful of Moshi Manjam and all my global team because all of the efforts I got a Canada visa, so I am very thankful to my global team. Hello, Hashika friends. My name is Satnam Singh. I got my Canada visa. I got my visa in just 1 week thanks to Micro Global Immigration Services Mohali. Thanks to Shivani ma'am and Seema Vyana ma'am from Canada. I'm very happy to receive my visa. Thank you. My name is Karandeep Singh. मैं अपना visa Micro Global Immigration Services को लाया and उन्होंने मेरी बहुत help की थी visa लोन वास्ते। मैं थोनू रिकमेंड करूँगा कि तुम इतों वीज़ा लो एंड वो बहुत ऑनेस्ट है एंड थोनू बहुत ही सलाह देंगे एंड मैं सब तो वाला धनवादी शिवानी मैम, मोहिनी मैम एंड संजय सर का हूँ। थैंक यू फ्रेंड्स। सर सत श्रीकाल, मैं हरप्रीत सिंह संधु डिस्ट्रिक्ट फतेहगढ़ साहब का रहने वाला हूँ। अज मैं थोड़े नाल एक खुशी साझी करनी चाहता हाँ। बड़े चिर तो मेरे दिली रही सी कि मैं कैनेडा एज ए पी आर होकर जावा, तो इसके रिगार्डिंग मैं अलग अलग एजेंटा के बोल ही गया, लेकिन सरदार रणवीर सिंह संधु उन्होंने मैनू माइक्रो ग्लोबल इमीग्रेसन सर्विसिज 70 सैक्टर मोहाली बारे दसिया, तो उन्होंने को जो मैं गया उन्होंने मैं बड़ा वधिया रीड किया। तो मिस्टर संजय बयाना जी, मैम सीमा बयाना जी, मैम शिवानी चोपड़ा जी, इन्हों सारे के सहयोग के चंगे मार्गदर्शन के नाल मैंने कैनेडा की एक पी आर मिली है। तो मैं तुम्हें दसना चाहना ये मेरी पी आर है जी आलिपुर, ये नाल ही मेरी बेटी है, ये छोटी बेटी है, वाइफ है, ये इन्हों की पी आर है। सो मैं सारे का बहुत बहुत धन्यवाद करना, तो सारे दोस्तों जेड़े भी मैं जानते हैं या नहीं जानते
ਉਹਨਾਂ ਸਾਰਿਆਂ ਨੂੰ ਗਾਈਡ ਕਰੂੰਗਾ ਇਹ ਚੰਗੀਆਂ ਸੇਵਾਵਾਂ ਦੇ ਲਈ ਮਾਈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਸ ਨਾਲ ਜ਼ਰੂਰ ਸੰਪਰਕ ਕਰੋ। ਸਾਰਿਆਂ ਦਾ ਧੰਨਵਾਦ। ਥੈਂਕਸ। ਸੋ ਇਹ ਸੀ ਜਿਹੜੀ ਕੁਛ ਇਹਨਾਂ ਦੇ ਕਲਾਇੰਟਸ। ਤੁਸੀਂ ਵੀ ਇਹਨਾਂ ਦੇ ਵਿੱਚੋਂ ਬਣਨਾ ਚਾਹੁੰਦੇ ਹੋ, ਇਹਨਾਂ ਤੋਂ ਸਰਵਿਸਿਸ ਚਾਹੁੰਦੇ ਹੋ ਤਾਂ ਇਹਨਾਂ ਦੇ ਆਫਿਸਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਜਾਂ ਸੰਜੇ ਵਿਆਨਾ ਜੀ ਨਾਲ ਜਾਂ ਸ਼ਿਵਾਨੀ ਜੀ ਨਾਲ ਅਪੁਆਇੰਟਮੈਂਟ ਲਈ ਕਾਲ ਕੀਤੀ ਜਾ ਸਕਦੀ ਹੈ ਉਸ ਨੰਬਰ 'ਤੇ ਜਿਹੜਾ ਟੀਵੀ ਸਕਰੀਨ 'ਤੇ ਫਲੈਸ਼ ਹੋ ਰਿਹਾ ਹੈ। ਸ਼ੋਅ ਦਾ ਸਮਾਂ ਮੇਰੇ ਕੋਲ ਅਲਾਊ ਨਹੀਂ ਕਰ ਰਿਹਾ ਡਿਸਕਸ਼ਨ ਅੱਗੇ ਵਧਾਉਣ ਦੇ ਲਈ, ਬਟ ਨੈਕਸਟ ਸ਼ੋਅ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਰਹਿਗੀਆਂ ਜ਼ਰੂਰ ਸ਼ੇਅਰ ਕਰਾਂਗੇ, ਬਟ ਅੱਜ ਸ਼ੋਅ 'ਚ ਆਉਣ ਲਈ ਸ਼ਿਵਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।